ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿੱਚ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿਉਂਕਿ ਅੱਜ ਇੱਥੇ ਪੇਰੈਂਟਸ ਮੀਟਿੰਗ ਵੀ ਚੱਲ ਰਹੀ ਹੈ ਅਤੇ ਜੋ DPI ਨੇ ਪੰਜਾਬ ਦੇ ਸੰਜੀਵ ਸ਼ਰਮਾ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ, ਸੋ ਉਹਨਾਂ ਵੱਲੋਂ ਵੀ ਦੇਖਭਾਲ ਕੀਤੀ ਜਾ ਰਹੀ ਹੈ ਇਸ ਸਕੂਲ ਦੀ। ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੀਆਂ ਪੂਰੀਆਂ ਤਸਵੀਰਾਂ। ਲਾਇਬ੍ਰੇਰੀ ਦੀਆਂ ਬੁੱਕਸ ਹੀ ਇੱਥੇ ਜੀ ਸਰ ਹਾਂਜੀ ਲਾਇਬ੍ਰੇਰੀਅਨ ਮੈਡਮ ਹਾਂਜੀ ਇਹ ਵਰਕਸ਼ਾਪ ਲਾਇਬ੍ਰੇਰੀ ਅਟੈਂਡ ਕਿੰਨੀਆਂ ਬੁੱਕਸ ਹੈ ਮੈਡਮ 4000 DPI ਸਰ ਕਿਸ ਤਰ੍ਹਾਂ ਮੈਡਮ ਕਰਦੇ ਪਏ ਤੁਹਾਡੇ ਫਰੈਂਡਸ ਕੋਈ ਪੇਰੈਂਟਸ ਦੀ ਇਨਕਮ ਕਿੱਦਾਂ ਲੈ ਰਹੇ ਸਰ ਸਰ ਪੇਰੈਂਟਸ ਨੂੰ ਰਿਸਪੋਂਸ ਦੇ ਰਹੇ ਹਾਂ ਮਿਸ਼ਨ ਸਮਰਲ ਜਿਹੜਾ ਚੱਲ ਰਿਹਾ ਉਹਦੇ ਬਾਰੇ ਦੱਸ ਰਹੇ ਹਾਂ ਅਤੇ ਸਰ ਫੀਡਬੈਕ ਦੇ ਰਹੇ ਨੇ ਫੋਮ ਭਰਵਾਉਣ ਦੀ ਕਿੰਨੇ ਬੱਚੇ ਮੈਡਮ ਟੋਟਲ ਆਪਣੇ ਨੂੰ ਸਰ 43 ਕਿੰਨੇ ਆ ਗਏ DPI ਸਰ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿੱਚ ਆਏ ਹੋ, ਸੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇੱਥੋਂ ਦਾ ਮਾਹੌਲ? ਅੱਜ ਮੈਗਾ PTM ਗੌਰਮੈਂਟ ਵੱਲੋਂ ਜਿਹੜੀ ਮੈਂ ਡਿਪਾਰਟਮੈਂਟ ਵੱਲੋਂ ਪਲੈਨਡ ਸੀ ਮੈਂ ਉਹਦੇ ਸਿਲਸਿਲੇ 'ਚ ਇੱਥੇ ਆਇਆ। ਬੜਾ ਸੈਟਿਸਫਾਈਡ ਹੈ ਸਕੂਲ ਦਾ ਮਾਹੌਲ ਵੇਖ ਕੇ, ਮੈਡਮ ਪ੍ਰਿੰਸੀਪਲ ਐਜ਼ ਏ ਹੈੱਡ ਆਫ ਦਾ ਇੰਸਟੀਟਿਊਸ਼ਨ ਵੈਲ ਇਹਨਾਂ ਨੇ ਸਾਰੇ ਆਸਪੈਕਟ 'ਚ ਡਿਸਿਪਲਨ 'ਚ ਔਰ ਐਜੂਕੇਸ਼ਨ 'ਚ ਜਿੰਨਾ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਬੜਾ ਵਧੀਆ ਇਹਨਾਂ ਨੇ ਅੱਜ ਦੀ ਮੈਗਾ PTM ਵਾਸਤੇ ਅਰੇਂਜਮੈਂਟਸ ਕੀਤੇ ਨੇ ਔਰ ਮੈਨੂੰ ਵੀ ਦੱਸਿਆ ਗਿਆ ਕਿ ਇਹਨਾਂ ਦੇ ਰਿਜ਼ਲਟਸ ਜਿਹੜੇ ਨੇ ਉਹ ਵੀ ਪੰਜਾਬ 'ਚ ਵਨ ਆਫ ਦੀ ਬੈਸਟ ਸਕੂਲ 'ਚ ਇਹਨਾਂ ਦੇ ਰਿਜ਼ਲਟ ਜਿਹੜੇ ਆਉਂਦੇ ਨੇ ਜੀ। ਠੀਕ ਹੈ, ਹੋਰ ਕੀ ਕਹੋਗੇ ਸਟਾਫ ਬਾਰੇ?
ਹਾਂ ਸਟਾਫ ਵੀ ਮੈਡਮ ਦਾ ਅਨਡਾਊਟਡਲੀ ਕਿ ਸਟਾਫ ਦੀ ਜੇ ਸਪੋਰਟ ਨਾ ਹੋਏ ਤਾਂ ਉਸ ਤੋਂ ਬਿਨਾਂ ਤਾਂ ਜਿਹੜਾ ਐਡਮਿਨਿਸਟ੍ਰੇਟਰ ਹੈ ਉਹਦੀ ਪਰਫੋਰਮੈਂਸ ਨਹੀਂ ਹੋਏਗੀ ਸੋ ਬਟ ਨੈਚੁਰਲੀ ਹੈ ਕਿ ਸਟਾਫ ਅੱਛਾ ਆ ਔਰ ਮੈਡਮ ਦੀ ਗਾਈਡੈਂਸ ਔਰ ਐਡਮਿਨਿਸਟ੍ਰੇਸ਼ਨ 'ਚ ਇਹਨਾਂ ਦੀ ਪਰਫੋਰਮੈਂਸ ਵੀ ਠੀਕ ਹੈ ਸੋ ਸਫਾਈ ਬਾਰੇ ਕੀ ਕਹੋਗੇ ਸਫਾਈ ਮੈਂ ਹੁਣ ਤੱਕ ਜਿੰਨਾ ਵੇਖਿਆ ਮੈਨੂੰ ਠੀਕ ਲੱਗੀ ਹੈ ਸਫਾਈ ਜੀ ਸੋ ਮੈਡਮ ਚਰਨਜੀਤ ਕੌਰ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਹਮੇਸ਼ਾ ਮਤਲਬ ਕਿ ਤਤਪਰ ਹੋ ਕੇ ਸਕੂਲ ਦੀ ਦੇਖਭਾਲ ਕਰਦੇ ਰਹਿੰਦੇ ਨੇ ਹਾਂ ਬਿਲਕੁਲ 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 ਇਹ ਕਿਉਂਕਿ ਬੀਂਗ ਤੁਸੀਂ ਵੀ ਇਸੇ ਏਰੀਏ ਦੇ ਹੋਣ ਕਰਕੇ ਤੁਸੀਂ ਸਗੋਂ ਜ਼ਿਆਦਾ ਨੇੜਿਓਂ ਓਬਜ਼ਰਵ ਕਰਦੇ ਹੋ ਇਹਨਾਂ ਗੱਲਾਂ ਨੂੰ ਔਰ ਜੇ ਤੁਹਾਡੀ ਵੀ ਹੈਗੀ ਹੈ ਇਹਨੂੰ ਸੈਟਿਸਫੈਕਸ਼ਨ ਔਰ ਸ਼ਾਬਾਸ਼ੀ ਅਤੇ ਮੀਨਿੰਗ ਦੇਅਰ ਬਾਏ ਕਿ ਵਧੀਆ ਸਾਰੀ ਅਰੇਂਜਮੈਂਟ ਸਕੂਲ ਦੀ ਹੈ ਹਾਂਜੀ ਥੈਂਕ ਯੂ ਸਰ ਹਾਂਜੀ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਜੀ ਸੋ ਅੱਜ ਡੀ ਪੀ ਆਈ ਸਰ ਆਏ ਹਾਂ ਸਕੂਲ ਦੀ ਚੈੱਕਅਪ ਕੀਤੀ ਹੈ ਠੀਕ ਹੈ ਜੀ ਸੋ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਤੁਹਾਡੇ ਮਨ 'ਚ ਕੋਈ ਡਰ ਤਾਂ ਨਹੀਂ ਆਇਆ ਹੈਗਾ ਜਾਂ ਤੁਸੀਂ ਅੱਜ ਇਹ ਸਫਾਈ ਕੀਤੀ ਹੈ ਜੋ ਇਹ ਕਹਿ ਰਹੇ ਨੇ ਵੀ ਸਾਫ਼ ਸੁਥਰਾ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਅੱਜ ਦੀ ਮੈਗਾ ਪੀ ਟੀ ਐਮ ਰੱਖਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਉਸ ਤੋਂ ਅੱਜ ਮੈਂ ਓਨਰ ਫੀਲ ਕਰ ਰਹੀ ਹਾਂ ਕਿ ਮੇਰੇ ਕੋਲ ਜ਼ਿਲ੍ਹੇ ਪੂਰੇ ਪੰਜਾਬ ਦੇ ਡੀ ਪੀ ਆਈ ਸਰ ਡਿਸਟ੍ਰਿਕਟ ਪਬਲਿਕ ਇੰਸਟਰਕਟਰ ਸਾਡੇ ਸਕੂਲ ਆਏ ਨੇ ਮਿਸਟਰ ਸੰਜੀਵ ਸ਼ਰਮਾ ਜੀ ਇਹਨਾਂ ਦਾ ਮੈਂ ਆਪਣੇ ਸਕੂਲ ਦੇ ਆਉਣ 'ਤੇ ਸਾਰੇ ਸਟਾਫ ਵੱਲੋਂ ਸਮੂਹ ਬੱਚਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੱਥੇ ਆ ਕੇ ਸ਼ਿਰਕਤ ਕਰਕੇ ਸਾਨੂੰ ਮੋਟੀਵੇਟ ਕੀਤਾ ਔਰ ਸਕੂਲ ਦੀ ਹਰ ਪੱਖੋਂ ਤਾਰੀਫ ਕਰਕੇ ਸਾਨੂੰ ਹੋਰ ਹੁੰਗਾਰਾ ਮਿਲਿਆ ਕਿ ਅਸੀਂ ਵੱਧ ਤੋਂ ਵੱਧ ਵੱਧ ਕੇ ਚੜ੍ਹ ਕੇ ਕੰਮ ਕਰਨਾ ਔਰ ਇਸ ਡਿਪਾਰਟਮੈਂਟ ਦਾ ਆਪਣੇ ਪੰਜਾਬ ਸਰਕਾਰ ਦਾ ਨਾਮ ਉੱਚਾ ਲੈ ਕੇ ਜਾਣਾ ਜੀ ਔਰ ਸਫਾਈ ਦਾ ਇੱਦਾਂ ਸਾਨੂੰ ਪਹਿਲੇ ਵੀ ਰਹਿੰਦੀ ਬਹੁਤ ਪਰ ਹੁਣ ਕੈਂਪਸ ਮੈਨੇਜਰ ਜੋ ਕਿ ਸਰਕਾਰ ਵੱਲੋਂ ਸਾਨੂੰ ਦਿੱਤੇ ਗਏ ਉਹਦੇ ਨਾਲ ਸਾਡੇ ਸਫਾਈ ਦਾ ਇੱਕ ਅਲੱਗ ਹੀ ਤੁਸੀਂ ਆਪ ਵੀ ਦੇਖ ਰਹੇ ਹੋ ਕੋਨਾ ਕੋਨਾ ਕੋਈ ਵੀ ਇਹੋ ਜਿਹਾ ਕਮਰਾ ਨਹੀਂ ਕੋਈ ਜਗ੍ਹਾ ਨਹੀਂ ਜਿੱਥੇ ਸਫਾਈ ਨਾ ਹੋਵੇ ਸੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਮਾਨ ਸਾਹਿਬ ਔਰ ਸਾਡੇ ਹਰਜੋਤ ਬੈਂਸ ਜੀ ਜੋ ਈ ਐਮ ਸਰ ਨੇ ਔਰ ਸਾਡਾ ਡਿਪਾਰਟਮੈਂਟ ਹੁਣ ਜੋ ਵੀ ਇੰਸਟਰਕਸ਼ਨ ਦੇ ਰਹੇ ਹੋ ਉਸ 'ਤੇ ਪੂਰਾ ਉਤਰ ਸੋ ਲੜਕੀਆਂ ਦਾ ਸਕੂਲ ਹੋਣ ਦੇ ਨਾਤੇ ਜਿਹੜੀ ਸਿਕਿਉਰਟੀ ਦਿੱਤੀ ਗਈ ਹੈ ਉਹਦਾ ਕਿੰਨਾ ਕੁ ਬੈਨੀਫਿਟ ਵਾਸਤੇ ਮੈਂ ਤੈਅ ਦਿਲੋਂ ਧੰਨਵਾਦ ਹਾਂ ਆਪਣੀ ਸਰਕਾਰ ਨੂੰ ਕਿਉਂਕਿ ਮੈਨੂੰ ਔਨ ਰੋਡ ਸਕੂਲ ਹੋਣ ਕਰਕੇ ਕੁੜੀਆਂ ਦੇ ਸਕੂਲ ਹੋਣ ਕਰਕੇ ਕੋਈ ਨਾ ਕੋਈ ਪ੍ਰੋਬਲਮਸ ਇੱਥੇ ਮੈਂ ਫੇਸ ਕਰਦੀ ਰਹਿੰਦੀ ਸੀ ਜੋ ਕਿ ਹੁਣ ਮੈਨੂੰ ਬਹੁਤ ਮੇਰੇ ਦਿਮਾਗ ਤੋਂ ਇੱਕ ਪ੍ਰੈਸ਼ਰ ਉਤਰ ਗਿਆ ਔਰ ਮੈਂ ਬੱਚਿਆਂ ਨੂੰ ਵੀ ਹੁਣ ਸਿਕਿਉਰਟੀ ਰਹਿੰਦੀ ਹੈ ਔਰ ਮੈਨੂੰ ਵੀ ਕਿ ਬਈ ਮੇਰੇ ਬੱਚਿਆਂ ਬੜੇ ਤਰੀਕੇ ਨਾਲ ਪੂਰੇ ਲਾਈਨ ਬਣਾ ਕੇ ਘਰ ਜਾਂਦੀਆਂ ਔਰ ਬਹੁਤ ਸੋਹਣੇ ਤਰੀਕੇ ਨਾਲ ਸਕੂਲ ਪਹੁੰਚਦੀਆਂ ਔਰ ਕਿਸੇ ਵੀ ਤਰ੍ਹਾਂ ਦੀ ਸਿਕਿਉਰਟੀ ਵਿੱਚ ਕੋਈ ਘਾਟ ਨਹੀਂ ਥੈਂਕ ਯੂ ਸੋ ਗ੍ਰੇਟਫੁਲ ਤੁਹਾਡਾ ਵੀ ਬਹੁਤ ਬਹੁਤ